वेलकम बैक। और हमारे सैनी साहब आ चुके हैं जी इंडिया से वापस। पहले तो उनका दिल से स्वागत कनाडा कंट्री के अंदर। और आइए इनसे जानते हैं, कनाडा कंट्री में अगर आपने आना है तो सुपर वीज़ा की क्या शर्तें होती हैं और कितना पैसा लगता है, और जब यहाँ पर सुपर वीज़ा पर आप आते हैं तो आपसे क्या क्या सवाल पूछते हैं एयरपोर्ट पर, और कितनी फ़ीस लगती है आपको इंश्योरेंस की। जब आप यहाँ पर आते हैं सुपर वीज़े पर तो आपको इंश्योरेंस लेना बहुत ज़रूरी होता है, और जब इंश्योरेंस लेते हैं तो उसकी फ़ीस लगती है, तो ये भी जानेंगे। और कितने टाइम में इनका सुपर वीज़ा आ गया था। तो पहले तो वेलकम जी सैनी साहब, थैंक यू। तो दसो जी उसी अपनी गलबात। सब तो पहला मैं यू कनेडा का बड़ा धन्यवादी हाँ जिन्होंने मैनू टाइम दिता, अपना कीमती टाइम कढ के गलबात करदा समा दिता। थोड़ा जिहा एक मैं पहला बोलना चाहना, हस बे मना कदे खेड बे मना, इस जग ते नहीं आउणा फिर बे मना। बहुत अच्छे। ये जग चलदियां फिरदियां दा जेकर एक जगह बैठ गए असीं तो फिर बैठे रहना, फिर चलते रहना चाहिदा। जग वाला मेला यारो, जग वाला मेला यारो, फिर नहीं आना थोड़ी देर दा, थोड़ी देर दा। हस दिया रात लंघे पता नहीं, पता नहीं सवेर। बहुत अच्छे सैनी साहब, जिंदाबाद। हाँ, तुसी मैनू पुछया सुपर वीजा बारे। सुपर वीजा की पहली शर्त यह होंगी है कि तुसी उस कंट्री तो बाहर होना चाहिए कनेडा तो। ओके। उदे लाउन लई ਇੱਥੋਂ ਦੀ ਇੰਸ਼ੋਰੈਂਸ ਜ਼ਰੂਰੀ ਹੈ। ਓਕੇ। ਕਨੇਡਾ ਦੀ ਉਹ ਨੀਅਰ ਅਬਾਊਟ $3,000 ਦੇ ਕਰੀਬ ਸਾਲ ਦੀ ਪੈ ਜਾਂਦੀ ਹੈ, ਇੱਕ ਸਾਲ ਦੀ। ਇੱਕ ਲੱਖ ਲਈ $1,00,000 ਦੀ ਆਪਣੀ ਇੰਸ਼ੋਰੈਂਸ ਹੋ ਜਾਏਗੀ ਕਨੇਡਾ ਦੇ ਅੰਦਰ, ਜੋ ਕਿ ਬਹੁਤ ਜ਼ਰੂਰੀ ਹੈ ਅਗਰ ਆਪ ਆਪਣੇ ਮਦਰ ਜਾਂ ਫਾਦਰ ਨੂੰ ਇੱਥੇ ਬੁਲਾ ਰਹੇ ਹੋ। ਹਾਂ, ਉਹਦੇ ਬਗੈਰ ਤੁਸੀਂ ਵੀਜ਼ਾ ਅਪਲਾਈ ਨਹੀਂ ਕਰ ਸਕਦੇ। ਓਕੇ। ਨੰਬਰ 2, ਬੱਚੇ ਦੀ ਇਨਕਮ ਵੀ ਉਨੀ ਹੋਣੀ ਚਾਹੀਦੀ ਹੈ। ਮਤਲਬ ਬੱਚੇ ਦਾ ਇੱਥੇ PR ਜਾਂ ਸਿਟੀਜ਼ਨ ਹੋਣਾ ਜ਼ਰੂਰੀ ਹੈ ਸੁਪਰ ਵੀਜ਼ਾ ਵਾਸਤੇ? ਹਾਂ, PR ਆਉਣਾ ਜ਼ਰੂਰੀ ਹੈ। PR ਹੋਵੇ ਜਾਂ ਸਿਟੀਜ਼ਨ ਹੋਵੇ, ਸਿਟੀਜ਼ਨ ਹੋਵੇ ਤਾਂ ਹੀ ਆਪ ਸੁਪਰ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ। ਫਿਰ ਹੀ ਸੁਪਰ ਵੀਜ਼ਾ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਜਿਹੜਾ ਮੇਰਾ ਤਾਂ ਇੱਥੋਂ ਬੇਟੇ ਨੇ ਅਪਲਾਈ ਕਰ ਦਿੱਤਾ ਸੀ, ਮੈਂ ਵੀ ਉੱਧਰੋਂ ਕਰ ਸਕਦਾ ਸੀ, ਪਰ ਇੰਸ਼ੋਰੈਂਸ ਇੱਧਰ ਦੀ ਜ਼ਰੂਰੀ ਸੀ। ਉਹਦਾ ਇੰਸ਼ੋਰੈਂਸ ਆਪ ਨੂੰ ਕੈਨੇਡਾ 'ਚੋਂ ਹੀ ਕਰਵਾਉਣੀ ਪੈਣੀ, ਕੈਨੇਡਾ 'ਚੋਂ ਹੀ ਕਰਵਾਉਣੀ ਪੈਣੀ ਹੈ। ਓਕੇ। ਉਹ ਇਸ ਟਾਈਮ ਨੂੰ ਪੂਰਾ ਸਮਾਂ ਲੈਣ ਲਈ ਕੋਈ 45 ਦਿਨ ਲੱਗੇ। ਓਕੇ। 45 ਦਿਨ ਦਾ ਪ੍ਰੋਸੈਸ ਹੈ, ਪਰ ਮੇਰਾ ਇਸ ਤੋਂ ਥੋੜ੍ਹੇ ਸਮੇਂ ਵਿੱਚ ਹੀ ਆ ਗਿਆ ਸੀ, ਵਿਦਇਨ 1 ਮੰਥ। ਇੱਕ ਮਹੀਨੇ ਸੁਪਰ ਵੀਜ਼ਾ ਆਪ ਤਾਂ ਲੱਗ ਕੇ ਆਪ ਕੋਲ ਆ ਗਿਆ, ਮੇਰੇ ਕੋਲ ਆ ਗਿਆ ਸੀ। ਵੈਰੀ। ਉਹਦੇ ਲਈ ਮੈਨੂੰ ਕੀ ਕਰਨਾ ਪਿਆ, ਮੈਡੀਕਲ ਕਰਵਾਉਣਾ ਪਿਆ, ਫਿੰਗਰਪ੍ਰਿੰਟ ਕਰਵਾਉਣੇ ਪਏ। ਇੰਡੀਆ ਮੈਡੀਕਲ ਕਰਾਉਣਾ ਪਿਆ? ਹਾਂਜੀ। ਹਾਂ। ਅਤੇ ਫਿੰਗਰਪ੍ਰਿੰਟ ਆਪਦੇ ਪਹਿਲਾਂ ਨਹੀਂ ਸਨ ਜਿਵੇਂ? ਨਹੀਂ, ਮੇਰੇ ਪਹਿਲਾਂ ਨਹੀਂ ਸੀ। ਓਕੇ। ਇਹ ਕਿਉਂਕਿ ਪਹਿਲਾਂ ਮੇਰਾ ਪਾਸਪੋਰਟ ਬਾਇਓਮੈਟ੍ਰਿਕ ਬਾਇਓਮੈਟ੍ਰਿਕ ਨੂੰ ਦੁਬਾਰਾ ਕਰਾਉਣੀ ਪਈ। ਹਾਂ। ਅੱਛਾ, ਉਹਦੀ ਫੀਸ ਮੇਰੇ ਖਿਆਲ ਨਾਲ ਉਹਦੀ ਫੀਸ ਅਲੱਗ ਸੀ, ₹5,000 ਹੈਗੀ ਮੇਰੇ ਨਾਲ। ਹਾਂ, ਨੀਅਰ ਅਬਾਊਟ $80। ਹਾਂ, ਕੈਨੇਡੀਅਨ। ਇਹਦੇ ਵਿੱਚ ਮੈਨੂੰ ਆਪਣਾ ਪਾਸਪੋਰਟ ਵੀ ਦੁਬਾਰਾ ਨਵਾਂ ਬਣਾਉਣਾ ਪਿਆ, ਰੀਨਿਊ ਕਰਾਉਣਾ ਪਿਆ। ਉਹ ਮੈਂ ਤਤਕਾਲ ਦੇ ਵਿੱਚ ਬਣਾਇਆ, ਜਿਹਦੇ 5,000 ਰੁਪਇਆ ਖਰਚ ਆਇਆ, ਪਰ ਉਹਦੀ ਖਾਸੀਅਤ ਇੱਕ ਇਹ ਰਹੀ ਵੀ 4 ਕੁ ਦਿਨ ਦੇ ਵਿੱਚ ਮੈਨੂੰ ਪਾਸਪੋਰਟ ਮਿਲ ਗਿਆ। ਯਾਨੀ ਕਿ ਇਨਕੁਆਇਰੀ ਵੀ ਨਹੀਂ ਹੋਈ, ਪਾਸਪੋਰਟ ਆਪਦੇ ਹੱਥ ਪਾਸਪੋਰਟ ਪਹਿਲਾਂ ਆ ਗਿਆ, ਇਨਕੁਆਇਰੀ ਬਾਅਦ ਦੇ ਵਿੱਚ ਆਈ ਹੈ। ਤਾਂ ਇਹ ਵੀ ਇੱਕ ਅੱਛੀ ਚੀਜ਼ ਆ ਉਹਨਾਂ ਨੇ ਬਤਾਈ ਆਪਣੇ ਕਿ ਵੀ ਅਗਰ ਆਪਕੋ ਪਾਸਪੋਰਟ ਆਪਣੇ ਰੀਨਿਊਲ ਕਰਾਉਣਾ ਹੈ ਤਾਂ ਆਪਕਾ ਤਤਕਾਲ ਮੈਂ ਬਣਾ ਸਕਦੇ ਹੋ, 4 ਦਿਨ ਮੈਂ ਪਾਸਪੋਰਟ ਆ ਗਿਆ। ਵੈਰੀ ਗੁੱਡ ਯਾਰ, ਸਪੈਸ਼ਲ ਥੈਂਕ ਸਾਡੇ ਇੰਡੀਆ ਦੇ ਵਿੱਚ ਤਰੱਕੀ ਹੋਈ ਹੈ। ਜੇ ਦੂਸਰਾ ਵੀ ਤੁਸੀਂ ਪਾਸਪੋਰਟ ਬਣਾਉਣਾ ਉਹ ਵੀ ਅੱਜ ਕੱਲ੍ਹ 15 ਦਿਨ ਦੇ ਵਿੱਚ ਆ ਜਾਂਦਾ। ਵੈਰੀ ਗੁੱਡ। ਮੋਸਟਲੀ 15 ਕੁ ਦਿਨ ਲੱਗਦੇ ਆ। ਬਾਕੀ ਬਾਕੀ ਇਹਦੇ ਵਿੱਚ ਕੀ ਹੈ ਵੀ ਇਸ ਵੇਲੇ ਮੈਂ ਉੱਥੋਂ ਇੰਡੀਆ ਤੋਂ ਚੱਲਿਆ, ਮੇਰੀ ਫਲਾਈਟ ਸੀ ਦਿੱਲੀ ਟੂ ਬੰਬੇ, ਬੰਬੇ ਟੂ ਲੰਡਨ ਹੀਥਰੋ, ਹੀਥਰੋ ਟੂ ਟੋਰਾਂਟੋ। ਬੰਬੇ ਮੇਰਾ 6-7 ਘੰਟੇ ਦਾ ਸਟੇਅ ਸੀ। ਓਕੇ। ਉੱਥੇ ਉਸ ਦੌਰਾਨ ਮੈਂ ਘੁੰਮਿਆ ਫਿਰਿਆ,
ਏਅਰਪੋਰਟ ਦੇ ਉੱਤੇ ਆਨੰਦ ਮਾਣਿਆ। ਮੈਂ ਜਿਹੜੀ ਵੀ ਮੈਂ ਦੁਖੀ ਹੋ ਗਿਆ ਵੀ 7 ਘੰਟੇ ਮੈਨੂੰ ਪਾਸ ਕਰਨੇ ਪੈਣੇ, ਮੈਂ ਇੰਜੋਏ ਕੀਤਾ ਪੂਰਾ। ਤੇ ਕਿੰਨੇ ਟਿਕਟ ਸੀ ਆਪਦੀ? ਮੇਰੀ ਟਿਕਟ ਮੈਨੂੰ ਇਸ ਵਾਰੀ 1,09,000 ਦੀ ਅਪ ਡਾਊਨ ਪੈ ਗਈ। ਅੱਛਾ, ਰਾਊਂਡ ਟਿਕਟ ਆਪਦੀ ਇੰਡੀਆ ਤੋਂ ਆਉਣ ਔਰ ਜਾਣਾ। ਬਈ ਵਾਹ, ਬਹੁਤ ਅੱਛੀ ਟਿਕਟ ਆ, ਪ੍ਰਾਈਜ਼ ਆਪ ਨੂੰ ਮਿਲੇ ਨੇ। ਤੇ ਇਹਦੇ ਕਿੰਨੇ ਬੈਗ ਮਿਲੇ ਸਰ ਆਪ ਨੂੰ? 2 ਬੈਗ ਪਲੱਸ 8 kg ਹੈਂਡ ਬੈਗ, 7 kg ਹੈਂਡ ਬੈਗ ਓਕੇ, ਪਲੱਸ ਲੈਪਟਾਪ ਬੈਗ। ਵੈਰੀ ਗੁੱਡ। ਤੇ ਸਟੇ ਕਿੱਥੇ ਸੀ ਆਪਦਾ ਹੋਰ? ਉਸ ਤੋਂ ਬਾਅਦ ਹੀਥਰੋ ਦੇ ਵਿੱਚ ਸੀ 4 ਘੰਟੇ ਦਾ ਸਟੇ। ਉੱਥੇ ਵੀ 4 ਘੰਟੇ ਦਾ ਸਟੇ ਸੀ ਆਪਦਾ? ਉੱਥੇ ਬ੍ਰਿਟਿਸ਼ ਏਅਰਵੇਜ਼ ਸੀ, ਫਲਾਈਟ ਉਹਦੀ ਲੇਟ ਹੋ ਗਈ 1 ਘੰਟਾ। ਓਕੇ, 1 ਘੰਟਾ ਲੇਟ ਹੋਣ ਕਾਰਨ ਸਾਨੂੰ 4 ਘੰਟੇ ਘੁੰਮਣ ਦਾ ਉੱਥੇ ਸਮਾਂ ਮਿਲਿਆ। ਪਰ ਸਾਡਾ ਜਿਹੜਾ ਇੰਡੀਆ ਦਾ ਏਅਰਪੋਰਟ, ਇੰਦਰਾ ਗਾਂਧੀ ਏਅਰਪੋਰਟ ਹੈ ਦਿੱਲੀ ਵਾਲਾ, ਉਹ ਬੈਸਟ ਹੈ ਸਾਰਿਆਂ ਨਾਲੋਂ। ਓਕੇ, ਹਾਂ, ਇਹਨਾਂ ਨਾਲੋਂ ਕਈ ਗੁਣਾ ਚੰਗਾ ਉਹ। ਅਤੇ ਚਲੋ, ਪਹਿਲੇ ਬੰਦੇ ਮਿਲੇ ਜਿਹੜੇ ਤਰੀਕੇ ਸਾਡੇ ਇੰਡੀਆ ਦੇ ਏਅਰਪੋਰਟ ਦੀ, ਏਅਰਪੋਰਟ ਬਹੁਤ ਵਧੀਆ ਹੈ, ਤੁਹਾਡਾ ਸਿਸਟਮ ਬਹੁਤ ਵਧੀਆ, ਬਹੁਤ ਵਧੀਆ ਸਿਸਟਮ, ਬਹੁਤ ਚੰਗਾ ਸਿਸਟਮ ਉੱਥੇ। ਹਾਂ, ਫਿਰ ਇੱਥੇ ਆਣ ਕੇ ਕੀ ਹੋਇਆ ਵੀ ਜਿਹੜੇ ਘੰਟਾ ਲੇਟ ਹੋ ਗਈ ਫਲਾਈਟ, ਉਹਦਾ ਗੇਟ ਵੀ ਬਦਲ ਗਿਆ। ਬਹੁਤੇ ਜਿਹੜੇ ਯਾਤਰੀ ਸੀ ਉਹਨਾਂ ਨੂੰ ਗੇਟ ਦਾ ਪਤਾ ਨਹੀਂ ਸੀ ਵੀ ਗੇਟ ਕਿੱਥੇ। ਮਤਲਬ ਵਾਪਸੀ ਜਦੋਂ ਬਾਹਰ ਨਿਕਲਦੇ ਹੋ ਆਪ? ਨਹੀਂ, ਜਿਸ ਵੇਲੇ ਉਹ ਜਦੋਂ ਜਹਾਜ਼ ਦੇ ਵਿੱਚ ਬੈਠਣਾ, ਬੋਰਡਿੰਗ ਕਰਨੀ ਹੈ। ਅੱਛਾ ਅੱਛਾ, ਬਹੁਤ ਧਿਆਨ ਨਹੀਂ ਸੀ ਪਤਾ, ਦੂਰ ਸੀ ਉਹ, ਦੂਜੇ ਟਰਮੀਨਲ ਦੇ ਵਿੱਚ ਸੀ। ਖੈਰ, ਮੈਂ ਤਾਂ ਵੀਲਚੇਅਰ ਕੀਤੀ ਸੀ ਅਤੇ ਸਾਨੂੰ ਉਹਨਾਂ ਪਹੁੰਚਾਤਾ ਉੱਥੇ। ਬ੍ਰਿਟਿਸ਼ ਏਅਰਵੇਜ਼ ਦੇ ਵਿੱਚ ਇਹ ਸੀ ਵੀ ਖਾਣਾ ਚੰਗਾ ਸੀ। ਓਕੇ, ਉਹਦੀ ਡੀਲਿੰਗ ਵੀ ਚੰਗੀ ਸੀ। ਚੰਗੀ ਸੇਵਾ ਕੀਤੀ ਆਪ? ਬੜੀ ਵਧੀਆ ਡੀਲਿੰਗ ਸੀ, ਜਿੰਨੇ ਵੀ ਏਅਰ ਹੋਸਟੈਸ ਮੇਲ ਜਾਂ ਫੀਮੇਲ ਬਹੁਤ ਵਧੀਆ ਸਨ। ਓਕੇ, ਮਤਲਬ ਕਿ ਕੋਈ ਮੱਥੇ ਵੱਟ ਨਹੀਂ ਸੀ ਪਾਉਂਦੇ, ਜੋ ਤੁਹਾਨੂੰ ਚਾਹੀਦਾ ਸੀ ਉਸੇ ਵੇਲੇ ਹਾਜ਼ਰ ਹੁੰਦਾ ਸੀ। ਅਤੇ ਇੱਥੇ ਪਹੁੰਚੇ, ਬੱਚਿਆਂ ਨੇ ਬੜਾ ਸਵਾਗਤ ਕੀਤਾ, ਬੱਚੇ ਬੜੇ ਖੁਸ਼ ਹੋਏ ਨੇ। ਮੇਰੇ ਪੁਰਾਣੇ ਸਾਥੀ ਜਿਵੇਂ ਕਮਲ ਜੀ, ਆਪ ਜੀ, ਸਾਰੇ ਉਹ ਬੜੀ ਅੱਛੀ ਬਾਤ ਹੈ, ਉਸੇ ਸੇਮ ਡੇ ਸਾਡੇ ਕੋਲ ਆਏ ਵੀ ਮਿਲਣ ਸਾਰਿਆਂ ਨੂੰ। ਬਹੁਤ ਬਹੁਤ ਸ਼ੁਕਰੀਆ ਆਪਦਾ। ਮੇਰੇ ਮਨ ਦੇ ਵਿੱਚ ਬੜੀ ਚਾਹ ਸੀ ਵੀ ਸਭ ਤੋਂ ਪਹਿਲਾਂ ਜਾ ਕੇ ਮੈਂ ਆਪਣੇ ਸਾਥੀਆਂ ਨੂੰ ਮਿਲਾਂ, ਜਾ ਕੇ ਮੈਂ ਸਮਾਂ ਪਾਸ ਕਰਨਾ। ਇੱਥੇ ਆਣ ਕੇ ਦੇਖਿਆ ਸਾਰਾ ਚੇਂਜ ਹੋ ਚੁੱਕਿਆ ਸੀ, ਪੱਤੇ ਹਰੇ ਹਰੇ ਨਿਕਲ ਆਏ ਸੀ, ਹਰਿਆਲੀ ਨਿਕਲ ਆਈ ਸੀ। ਮਤਲਬ ਵੈਲਕਮ ਕੀਤਾ, ਆਪਦਾ ਸਵਾਗਤ ਕੀਤਾ ਹੈ ਮੌਸਮ ਨੇ ਵੀ ਇੱਥੇ। ਮੌਸਮ ਦਾ ਸਵਾਗਤ, ਸਭ ਤੋਂ ਅੱਛਾ ਮੌਸਮ ਇਸ ਸਮੇਂ ਸਟਾਰਟ ਹੁੰਦਾ ਇੱਥੇ ਮਈ ਦੇ ਬਾਅਦ। ਜਦੋਂ ਮੈਂ ਗਿਆ ਸੀ, ਜਿਹੜੇ ਦਰਖਤ ਸਨ ਸੁੱਕੇ ਪਏ ਸਨ, ਸਨੋਹ ਪਈ ਸੀ। ਤੇ ਸੈਣੀ ਸਾਹਿਬ ਦੀ ਹਾਨ ਨਾਲ ਬਹਾਨਾ ਫਿਰ ਤੋਂ ਵਾਪਸ ਆ ਗਈ ਹੈ। ਤੇ ਏਅਰਪੋਰਟ ਤੇ ਕੁਝ ਪੁੱਛਿਆ ਆਪਨੂੰ ਉਹਨਾਂ ਨੇ? ਹਾਂ, ਜਦੋਂ ਮੈਂ ਏਅਰਪੋਰਟ ਦੇ ਉੱਤੇ, ਕੈਨੇਡਾ ਏਅਰਪੋਰਟ ਤੇ, ਕਿਆ ਪੁੱਛਿਆ ਏਅਰਪੋਰਟ ਦੇ ਉੱਤੇ? ਪਹਿਲਾਂ ਤਾਂ ਉਹਨਾਂ ਚੈਕਿੰਗ ਕੀਤੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ, ਹੀਥਰੋ ਏਅਰਵੇਜ਼ ਦੇ ਉੱਤੇ ਲੰਡਨ, ਉੱਥੇ ਚੈਕਿੰਗ ਬੜੀ ਜ਼ਬਰਦਸਤ ਸੀ। ਓਕੇ, ਉਹਨਾਂ ਹੈਂਡਬੈਗ ਪੂਰਾ ਖਿਲਾਇਆ, ਉਹਦੇ ਵਿੱਚ ਈਵਨ ਕਿ ਕੋਈ ਛੋਟੀ ਜਿਹੀ ਚੀਜ਼ ਵੀ ਲਿਕੁਇਡ ਦੀ ਸੀ ਨਾ, ਉਹ ਵੀ ਉਹਨਾਂ ਚੈੱਕ ਕੀਤੀ। ਯਾਨੀ ਕਿ ਲਿਕੁਇਡ ਨਹੀਂ ਲੈ ਕੇ ਆਉਣਾ ਚਾਹੀਦਾ, ਹੈਂਡਬੈਗ ਲੈ ਕੇ ਆਉਣਾ ਚਾਹੀਦਾ। ਓਕੇ, ਉਹਨਾਂ ਪੂਰਾ ਚੈੱਕ ਕੀਤਾ, ਥਰੋਲੀ ਚੈੱਕ ਕੀਤੀ ਯਾਰ। ਮੇਰੇ ਕੋਲ ਟੁੱਥਪੇਸਟ ਸੀ, ਉਹ ਵੀ ਉਹਨਾਂ ਚੈੱਕ ਕੀਤੀ, ਆਪਣੇ ਉਹਨਾਂ ਮਸ਼ੀਨ ਦੇ ਵਿੱਚ ਰੱਖ ਕੇ ਪੂਰੀ ਚੈੱਕ ਕੀਤੀ ਹੈ। ਉਸ ਤੋਂ ਬਾਅਦ ਕੈਨੇਡਾ ਆ ਗਏ ਹਾਂ। ਕੈਨੇਡਾ ਉਤਰ ਕੇ ਸਾਡੇ ਪਹਿਲਾਂ ਤਾਂ ਉਹਨਾਂ ਫਾਰਮ ਚੈੱਕ ਕਰਾਇਆ ਵੀ ਕੀ ਕੁਝ ਤੁਹਾਡੇ ਕੋਲ ਹੈ, ਕੀ ਕੁਝ ਲੈ ਕੇ ਆਇਓ। ਉਸ ਤੋਂ ਬਾਅਦ ਇਮੀਗ੍ਰੇਸ਼ਨ ਅਫਸਰ ਨੇ, ਇੱਕ ਕੁੜੀ ਸੀ ਬੜੀ ਯੰਗ ਜਿਹੀ, ਪੰਜਾਬਣ ਲੱਗਦੀ ਸੀ ਮੈਨੂੰ, ਕਹਿੰਦੀ ਵੀ ਤੁਹਾਨੂੰ ਇੰਗਲਿਸ਼ ਆਉਂਦੀ ਹੈ? ਮੈਂ ਵੀ ਥੋੜ੍ਹੀ ਜਿਹੀ ਆ ਜਾਂਦੀ ਹੈ। ਕਹਿੰਦੇ ਚਲੋ ਅਸੀਂ ਪੰਜਾਬੀ ਦੇ ਵਿੱਚ ਹੀ ਗੱਲ ਕਰਦੇ ਹਾਂ। ਮੈਨੂੰ ਕਹਿੰਦੀ ਵੀ ਤੁਹਾਡੀ ਇੰਸ਼ੋਰੈਂਸ ਕਿੱਥੇ ਹੈ? ਮੈਂ ਵੀ ਇੰਸ਼ੋਰੈਂਸ ਹੈ ਸੀ ਅਤੇ ਵੀਜ਼ਾ ਲੱਗਾ, ਮੈਂ ਦੌੜੂ ਤਾਂ ਇੰਸ਼ੋਰੈਂਸ ਅਤੇ ਵੀਜ਼ਾ ਲੱਗਣਾ ਸੀ। ਕਹਿੰਦੀ ਇਟ ਇਜ਼ ਮਾਈ ਡਿਊਟੀ ਟੂ ਚੈੱਕ ਇਟ, ਤੁਸੀਂ ਮੈਨੂੰ ਦਿਖਾਓ। ਮੇਰੇ ਕੋਲ ਨਹੀਂ ਸੀ। ਓਕੇ, ਇਹ ਗਲਤੀ ਅਕਸਰ ਕਰਦੇ ਨੇ ਲੋਕ ਇੱਥੇ ਜਿਹੜੇ ਆਉਂਦੇ ਨੇ। ਮੈਂ ਸੋਚਿਆ ਸੀ ਮੈਂ ਵੀ ਵੀਜ਼ਾ ਲੱਗਿਆ ਪਿਆ ਅਤੇ ਇਹਦੀ ਕੀ ਜ਼ਰੂਰਤ ਪੈਣੀ ਹੈ? ਕਹਿੰਦੀ ਨਹੀਂ, ਮੈਂ ਦੇਖਣੀ ਹੈ। ਕਹਿੰਦੀ ਮੈਨੂੰ ਕਿਹਨੇ ਕਰਵਾਇਆ ਸੀ? ਮੈਂ ਮੇਰੇ ਬੇਟੇ ਕੋਲ ਮੈਂ ਚੱਲਿਆ, ਉਹਨੂੰ ਕਰਵਾਈ ਸੀ।
ਕਹਿੰਦੀ ਬੇਟੇ ਦਾ ਫੋਨ ਦਿਓ ਮੈਨੂੰ। ਓਕੇ, ਮੈਂ ਬੇਟੇ ਨੂੰ ਫੋਨ ਮਿਲਾਇਆ ਅਤੇ ਉਹਨਾਂ ਨਾਲ ਗੱਲ ਕੀਤੀ ਅਤੇ ਉਹ ਕਹਿੰਦੇ ਵੀ ਜੇ ਇੰਸ਼ੋਰੈਂਸ ਦੀ ਕਾਪੀ ਹੈ ਤਾਂ ਵਟਸਐਪ 'ਤੇ ਭੇਜੋ। ਉਹਨਾਂ ਵਟਸਐਪ 'ਤੇ ਕਾਪੀ ਭੇਜ ਦਿੱਤੀ ਅਤੇ ਉਹਨਾਂ ਚੈੱਕ ਕਰਕੇ ਫਿਰ ਮੈਨੂੰ ਕਿਹਾ ਵੀ ਯੂ ਕੈਨ ਗੋ। ਉਸ ਤੋਂ ਅੱਗੇ ਨੈਕਸਟ ਨਿਕਲ ਕੇ ਸਮਾਨ ਚੈੱਕ ਕਰਦੇ ਆ ਜਿਹੜਾ ਲਗੇਜ ਤੋਂ। ਹਾਂਜੀ ਹਾਂਜੀ। ਅਤੇ ਪਰ ਉਹ ਸਾਰਿਆਂ ਦਾ ਨਹੀਂ ਕਰਦੇ, ਪਿਕ ਐਂਡ ਚੂਜ਼ ਕਰਦੇ ਆ, ਕਿਸੇ ਨਾ ਕਿਸੇ ਨੂੰ ਵਿੱਚ ਕਰ ਲੈਂਦੇ ਕਿ ਆ ਜਾਓ ਭਾਅ ਜੀ ਤੁਸੀਂ। ਅਤੇ ਮੇਰੇ ਚਿੱਟੇ ਵਾਲ ਦੇਖ ਕੇ ਉਹਨਾਂ ਕਹਿੰਦੇ ਭਾਅ ਜੀ ਤੁਸੀਂ ਜਾਓ। ਵੈਰੀ ਗੁੱਡ। ਅਤੇ ਵੈਸੇ ਇੱਥੇ ਏਅਰਪੋਰਟ ਤੋਂ ਦੇਖੇ ਜ਼ਿਆਦਾ ਤੰਗ ਕਰਦੇ ਨਹੀਂ। ਹਾਂ, ਇੱਕ ਅੱਛੀ ਗੱਲ। ਅਤੇ ਸਭ ਤੋਂ ਵੱਧ ਇੱਥੇ ਆ ਕੇ ਮੇਰਾ ਮਨ ਇੰਨਾ ਖੁਸ਼ ਹੋਇਆ ਵੀ ਮੈਂ ਦੇਖਿਆ ਵੀ ਹਰਿਆਲੀ ਪੂਰੀ ਛਾ ਗਈ ਹੈ, ਜੋਬਨ 'ਤੇ ਹੈ, ਮੇਰੇ ਯਾਰ ਦੋਸਤ ਮੇਰੀ ਉਡੀਕ ਕਰ ਰਹੇ ਨੇ। ਬਿਲਕੁਲ, ਬਸ ਮੌਸਮ ਵਿੱਚ ਆਏ ਹੋ ਸੀ। ਉਹਨਾਂ ਨੂੰ ਗਲ ਪਕੜੀ ਪਾ ਕੇ ਮਿਲਾਂ, ਮੇਰਾ ਬੜਾ ਮਨ ਕਰਦਾ ਸੀ ਅਤੇ ਉਹ ਮੈਨੂੰ ਸਭ ਕੁਝ ਇੱਥੇ ਆਣ ਕੇ ਮਿਲ ਗਿਆ। ਅਤੇ ਬਜ਼ੁਰਗਾਂ ਦੀ ਲਾਈਫ ਇੱਥੇ ਕਹਿੰਦੇ ਨੇ ਕਿ ਅੱਛੀ ਨਹੀਂ ਹੈ, ਆਪ ਨੂੰ ਕਿਵੇਂ ਲੱਗਦਾ ਆਪਣੇ ਬੱਚਿਆਂ ਕੋਲ ਆਉਂਦੇ ਹੋ? ਦੇਖੋ ਜੀ, ਜਿਹੜੇ ਤੁਸੀਂ ਬੱਚਿਆਂ ਕੋਲ ਪੁੱਜ ਜਾਂਦੇ ਹੋ ਨਾ, ਅਤੇ ਭਾਵੇਂ ਉਹ ਬਜ਼ੁਰਗ ਹੈ ਅਤੇ ਭਾਵੇਂ ਉਹ ਜਵਾਨ ਹੈ, ਉਹ ਇੱਕ ਨਵੀਂ ਤਾਜ਼ਗੀ ਆਪਣੇ ਆਪ ਵਿੱਚ ਮਹਿਸੂਸ ਕਰਦਾ। ਖਾਸ ਕਰ ਇੱਥੇ ਮੈਂ ਕੈਨੇਡਾ ਆਣ ਕੇ ਮੈਂ ਦੇਖਿਆ ਵੀ ਮੇਰਾ ਟਾਈਮ ਬੜਾ ਵਧੀਆ ਪਾਸ ਹੁੰਦਾ। ਬੱਚੇ ਸਵੇਰੇ ਕੰਮ 'ਤੇ ਚਲੇ ਜਾਂਦੇ ਨੇ, ਮੈਂ ਸੈਰ 'ਤੇ ਨਿਕਲ ਜਾਂਦਾ, ਸੈਰ ਕਰਕੇ ਅਤੇ ਤੁਹਾਡੇ ਕੋਲ ਇੱਥੇ ਆ ਜਾਣਾ ਕਲੱਬ ਦੇ ਵਿੱਚ, ਅਤੇ ਇੱਥੇ ਸਾਰੇ ਸਾਥੀ ਚਾਹ ਬੜੀ ਹੁੰਦੀ ਜਾਂਦਿਆਂ ਨੂੰ, ਚਾਹ ਦਾ ਪੈਗ ਲਾਈਦਾ ਅਤੇ ਮਜ਼ੇ ਕਰੀਦੇ ਨੇ। ਅਤੇ ਮੈਂ ਤਾਂ ਕਹਿੰਦਾ ਵੀ ਇਹੋ ਜਿਹਾ ਸਾਥ ਰੱਬ ਕਰੇ ਸਾਰਿਆਂ ਨੂੰ ਮਿਲੇ, ਤੁਹਾਡੇ ਵਰਗੇ ਸੱਜਣ ਸਾਰਿਆਂ ਦੇ ਦੋਸਤ ਬਣਨ ਅਤੇ ਲੋਕਾਂ ਦੀਆਂ ਮੁਸੀਬਤਾਂ ਸਾਰਿਆਂ ਦੇ ਅੱਗੇ ਰੱਖਣ, ਸਾਰਿਆਂ ਨੂੰ ਦੱਸਣ, ਚਾਨਣਾ ਪਾਉਣ ਵੀ ਕਿਹੜੀ ਕਿਹੜੀ ਡਿਫੀਕਲਟੀ ਸਾਨੂੰ ਕਿੱਥੇ ਕਿੱਥੇ ਆਉਂਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ।